ਫਾਜ਼ਿਲਕਾ ਸਿਵਲ ਹਸਪਤਾਲ ਦੇ ਵਿੱਚ ਕਮਰਾ ਨੰਬਰ 20 ਦੇ ਅੰਦਰ ਹੋਏਗਾ ਸ਼ਿਕਾਇਤਾਂ ਦਾ ਨਿਪਟਾਰਾ, ਮਿਲਣਗੇ ਜਨਮ ਅਤੇ ਮੌਤ ਦੇ ਸਰਟੀਫਿਕੇਟ, SMO ਨੇ ਦਿੱਤੀ ਜਾਣਕਾਰੀ। ਫਾਜ਼ਿਲਕਾ ਸਿਵਲ ਹਸਪਤਾਲ ਦੇ ਵਿੱਚ 20 ਨੰਬਰ ਕਮਰੇ ਦੇ ਅੰਦਰ ਹੁਣ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ। ਇਸ ਦੇ ਨਾਲ ਹੀ ਅੰਗਹੀਣ ਅਤੇ ਜਨਮ ਅਤੇ ਮੌਤ ਦੇ ਸਰਟੀਫਿਕੇਟ ਵੀ ਇਸੇ ਕਮਰੇ ਦੇ ਵਿੱਚ ਹੀ ਮਿਲਣਗੇ। ਇਸ ਗੱਲ ਦੀ ਜਾਣਕਾਰੀ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇੱਕੋ ਹੀ ਕਮਰੇ ਦੇ ਵਿੱਚ ਸੁਵਿਧਾਵਾਂ ਦੇਣ ਦੇ ਉਦੇਸ਼ ਦੇ ਨਾਲ ਇਸ ਕਮਰੇ ਦੇ ਵਿੱਚ ਪੂਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਅਤੇ ਜਨਮ, ਮੌਤ ਅਤੇ ਅੰਗਹੀਣਾਂ ਦੇ ਲਈ ਸਰਟੀਫਿਕੇਟ ਵੀ ਇਸੇ ਕਮਰੇ ਦੇ ਵਿੱਚ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਇਸੇ ਕਮਰੇ ਦੇ ਵਿੱਚ ਕੀਤਾ ਜਾਏਗਾ। ਉਹਨਾਂ ਨੇ ਇਸ ਸੰਬੰਧੀ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ। ਉਹ ਜਿਹੜੀ ਸਾਡੀ ਗੌਰਮੈਂਟ ਫੈਸਿਲਿਟੀਜ਼ ਹੈਗੀਆਂ ਜਿਵੇਂ ਕਿ ਡਿਸੇਬਿਲਿਟੀ ਸਰਟੀਫਿਕੇਟਸ ਹੋ ਗਏ, ਜੋ ਵੀ ਜਿਸ ਤਰ੍ਹਾਂ ਦਾ ਡੈਥ ਬਰਥ ਸਰਟੀਫਿਕੇਟ ਹੈ, ਜੇ ਕੋਈ ਕੰਪਲੇਂਟਸ ਹੈ ਉਹਦਾ, ਜਿਵੇਂ ਅੱਗੇ ਪੇਸ਼ੈਂਟ ਨੂੰ ਅਲੱਗ ਅਲੱਗ ਰੂਮ 'ਚ ਜਾਣਾ ਪੈਂਦਾ ਸੀ, ਬਹੁਤ ਖੱਜਰ ਖੁਆਰੀ ਹੁੰਦੀ ਸੀ ਮਰੀਜ਼ਾਂ ਨੂੰ, ਹੁਣ ਅਸੀਂ ਕੋਮਨ ਰੂਮਸ ਤਿਆਰ ਕਰਤਾ, ਜੋ ਵੀ ਪੇਸ਼ੈਂਟ ਹੈ ਸਿੱਧਾ ਉੱਥੇ ਡਾਇਰੈਕਟ ਗਾਈਡ ਕਰ ਦਿਆਂਗੇ, ਉੱਥੇ ਜਾਣਗੇ, ਜਿੰਨੀਆਂ ਵੀ ਪ੍ਰੋਬਲਮਸ ਹੈ ਸਭ ਉੱਥੇ ਡੀਲ ਹੋਣੀ ਹੈ, ਤਾਂ ਕਿ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਖੱਜਰ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਰੂਮ ਕਦੋਂ ਤੋਂ ਸ਼ੁਰੂ ਹੋ ਜਾਏਗਾ ਜੀ? ਇਹ ਰੂਮ ਆਪਾਂ 2-4 ਦਿਨਾਂ 'ਚ ਸ਼ੁਰੂ ਹੋ ਜਾਂਦੇ ਜੀ, ਪ੍ਰੋਪਰ ਤਿਆਰ। ਕਿੰਨਾ ਕੁ ਫਾਇਦਾ ਮਿਲਣ ਮਿਲੇਗਾ ਇਹਦੇ ਨਾਲ? ਪੇਸ਼ੈਂਟ ਦੀ ਦੇਖੋ ਖੱਜਰ ਖੁਆਰੀ ਨਾ ਹੋਵੇ, ਮੇਨ ਮਕਸਦ ਇਹੀ ਹੈ ਸਾਡਾ, ਇਸੇ ਕਰਕੇ ਸਾਰਾ ਇੱਕ ਥਾਂ 'ਤੇ ਆਪਾਂ ਲੈ ਕੇ ਆ ਰਹੇ ਹਾਂ। ਕੰਟਰੋਲ ਸੈਂਟਰ ਬਣ ਜੂਗਾ ਉੱਥੇ, ਜੋ ਡੈਥ ਬਰਥ ਹੈ, ਡਿਸੇਬਿਲਿਟੀ ਹੈ, ਸਾਰਾ ਇੱਕੋ ਥਾਂ 'ਤੇ ਹੈਂਡਲ ਹੋਊਗਾ।